25 ਜੁਲਾਈ ਨੂੰ ਗੁਜਰਾਤ ਦੇ ਬੋਟਾਦ ਜ਼ਿਲ੍ਹੇ ਦੇ ਵਿੱਚ ਕਥਿਤ ਤੌਰ 'ਤੇ ਦੇਸੀ ਸ਼ਰਾਬ ਪੀਣ ਦੇ ਨਾਲ 40 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ। ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਚਿਨ ਪਿਥਵਾ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਮੰਗਲਵਾਰ ਸਵੇਰ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਬੀਸੀ 'ਤੇ ਫਰਵਰੀ 2019 ਨੂੰ ਦੇਸੀ ਸ਼ਰਾਬ ਦੇ ਜਾਨਲੇਵਾ ਬਣਨ ਦੇ ਉੱਤੇ ਕੈਮਿਸਟਰੀ ਦੀ ਜਾਣਕਾਰੀ ਦਿੰਦੇ ਹੋਏ ਆਭਾ ਚੌਧਰੀ ਦਾ ਇੱਕ ਲੇਖ ਛਾਪਿਆ ਗਿਆ ਸੀ। ਉਸਤੇ ਆਧਾਰਿਤ ਇਹ ਵੀਡੀਓ ਹੈ ਜਿਸ ਦੇ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਦੇਸੀ ਸ਼ਰਾਬ ਜਾਨਲੇਵਾ ਕਦੋਂ ਬਣ ਜਾਂਦੀ ਹੈ। ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਬਾਰੇ ਅਸੀਂ ਕਈ ਵਾਰ ਸੁਣਿਆ। ਪੰਜਾਬ 'ਚ ਵੀ ਅਜਿਹੀਆਂ ਕਈ ਘਟਨਾਵਾਂ ਬੀਤੇ ਸਮੇਂ ਦੇ ਵਿੱਚ ਵਾਪਰ ਚੁੱਕੀਆਂ ਨੇ। ਪਰ ਵੱਡਾ ਸਵਾਲ ਹੈ ਕਿ ਆਖਿਰ ਕੱਚੀ ਸ਼ਰਾਬ ਬਣਾਉਣ ਦੇ ਵਿੱਚ ਉਹ ਕੀ ਗਲਤੀ ਹੁੰਦੀ ਹੈ ਜਿਸ ਦੇ ਨਾਲ ਇਹ ਜ਼ਹਿਰ ਬਣ ਜਾਂਦਾ ਹੈ। ਦੇਸੀ ਸ਼ਰਾਬ, ਜਿਸ ਨੂੰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਕੱਚੀ ਦਾਰੂ ਵੀ ਕਹਿੰਦੇ ਨੇ, ਕੱਚੀ ਸ਼ਰਾਬ ਨੂੰ ਜ਼ਿਆਦਾ ਨਸ਼ੀਲੀ ਬਣਾਉਣ ਦੇ ਚੱਕਰ ਦੇ ਵਿੱਚ ਇਹ ਜ਼ਹਿਰੀਲੀ ਹੋ ਜਾਂਦੀ ਹੈ। ਆਮ ਤੌਰ 'ਤੇ ਇਸ ਨੂੰ ਗੁੜ ਅਤੇ ਸ਼ੀਰੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ, ਪਰ ਇਸ ਦੇ ਵਿੱਚ ਯੂਰੀਆ ਅਤੇ ਬੇਸਰਮ ਬੇਲ ਦੀ ਪੱਤੀਆਂ ਵੀ ਪਾਈਆਂ ਜਾਂਦੀਆਂ ਨੇ ਤਾਂ ਕਿ ਇਸ ਦਾ ਨਸ਼ਾ ਤੇਜ਼ ਅਤੇ ਟਿਕਾਊ ਹੋ ਜਾਵੇ। ਸ਼ਰਾਬ ਨੂੰ ਜ਼ਿਆਦਾ ਨਸ਼ੀਲੀ ਬਣਾਉਣ ਦੇ ਲਈ ਇਸ ਦੇ ਵਿੱਚ ਆਕਸੀਟੋਸਿਨ ਮਿਲਾ ਦਿੱਤਾ ਜਾਂਦਾ ਹੈ, ਜੋ ਕਿ ਇੱਕ ਕੈਮੀਕਲ ਪਦਾਰਥ ਹੈ। ਇਹ ਪੀਣ ਵਾਲੇ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਹਾਲ ਹੀ ਦੇ ਵਿੱਚ ਆਕਸੀਟੋਸਿਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੇ ਨਾਲ ਨਪੁੰਸਕਤਾ ਅਤੇ ਨਰਵਸ ਸਿਸਟਮ ਦੇ ਨਾਲ ਜੁੜੀਆਂ ਕਈ ਭਿਅੰਕਰ ਬਿਮਾਰੀਆਂ ਹੋ ਸਕਦੀਆਂ ਨੇ। ਇਸ ਦੇ ਸੇਵਨ ਦੇ ਨਾਲ ਅੱਖਾਂ ਦੇ ਵਿੱਚ ਜਲਨ, ਖਾਰਸ਼ ਅਤੇ ਪੇਟ ਦੇ ਵਿੱਚ ਜਲਨ ਹੋ ਸਕਦੀ ਹੈ ਅਤੇ ਲੰਮੇ ਸਮੇਂ ਦੀ ਇਸ ਦੀ ਵਰਤੋਂ ਦੇ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਕੱਚੀ ਸ਼ਰਾਬ ਦੇ ਵਿੱਚ ਯੂਰੀਆ ਅਤੇ ਆਕਸੀਟੋਸਿਨ ਵਰਗੇ ਕੈਮੀਕਲ ਪਦਾਰਥ ਮਿਲਾਉਣ ਦੀ ਵਜ੍ਹਾ ਦੇ ਨਾਲ ਮਿਥਾਈਲ ਐਲਕੋਹਲ ਬਣ ਜਾਂਦਾ ਹੈ, ਜੋ ਕਿ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਵਿਗਿਆਨਿਕਾਂ ਦੀ ਮੰਨੀਏ ਤਾਂ ਮਿਥਾਈਲ ਸਰੀਰ ਦੇ ਵਿੱਚ ਜਾਂਦੇ ਹੀ ਕੈਮੀਕਲ ਰਿਐਕਸ਼ਨ ਤੇਜ਼ ਹੋ ਜਾਂਦਾ ਹੈ। ਇਸ ਦੇ ਨਾਲ ਸਰੀਰ ਦੇ ਅੰਦਰੂਨੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ ਤੇ ਤੁਰੰਤ ਮੌਤ ਹੋ ਜਾਂਦੀ ਹੈ। ਕੁਝ ਲੋਕਾਂ ਦੇ ਸਰੀਰ ਦੇ ਵਿੱਚ ਇਹ ਰਸਾਇਣਿਕ ਪ੍ਰਕਿਰਿਆ ਹੌਲੀ ਹੌਲੀ ਹੁੰਦੀ ਹੈ ਤੇ ਉਹ ਬਚ ਜਾਂਦੇ ਨੇ। ਜਿਸ ਰਸਾਇਣਿਕ ਤਰਲ ਨੂੰ ਦੇਸੀ ਦਾਰੂ ਕਹਿੰਦੇ ਨੇ, ਉਹ 95% ਤੱਕ ਸ਼ੁੱਧ ਅਲਕੋਹਲ ਯਾਨੀ ਕਿ ਬਿਨਾਂ ਮਿਲਾਵਟ ਦੇ ਸ਼ਰਾਬ ਹੈ। ਇਸ ਨੂੰ ਐਥੇਨੋਲ ਵੀ ਕਹਿੰਦੇ ਨੇ। ਇਹ ਗੰਨੇ ਦੇ ਰਸ, ਗਲੂਕੋਜ਼, ਸ਼ੀਰਾ, ਮਹੂਏ ਦਾ ਫੁੱਲ, ਆਲੂ, ਚੌਲ, ਜੌਂ, ਮੱਕੀ ਵਰਗੇ ਕਈ ਸਟਾਰਚ ਵਰਗੀਆਂ ਚੀਜ਼ਾਂ ਦੇ ਫਰਮੈਂਟੇਸ਼ਨ ਦੇ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਐਥੇਨੋਲ ਨੂੰ ਨਸ਼ੀਲਾ ਬਣਾਉਣ ਦੇ ਲਾਲਚ ਦੇ ਵਿੱਚ ਕਾਰੋਬਾਰੀ ਇਸ ਦੇ ਵਿੱਚ ਮੈਥਨੋਲ ਮਿਲਾਉਂਦੇ ਨੇ ਅਤੇ ਇਹ ਜ਼ਹਿਰੀਲੀ ਉਸ ਵੇਲੇ ਹੋ ਜਾਂਦੀ ਹੈ ਜਦੋਂ ਇਸ ਦੇ ਵਿੱਚ ਕਾਸ਼ਟ ਅਲਕੋਹਲ ਅਤੇ ਕਾਸ਼ਟ ਨੈਫਤਾ ਨਾਮ ਦੇ ਮਸ਼ਹੂਰ ਮੈਥਨੋਲ ਦੀ ਮਿਲਾਵਟ ਦੇ ਵਿੱਚ ਸੰਤੁਲਨ ਵਿਗੜ ਜਾਂਦਾ ਹੈ। ਪਰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਇਹ ਸਰੀਰ ਦੇ ਵਿੱਚ ਰਿਐਕਟ ਕਿਵੇਂ ਕਰਦੀ ਹੈ? ਇਸ ਸਵਾਲ ਦੇ ਉੱਤੇ ਡਾਕਟਰ ਅਜੀਤ ਸ਼੍ਰੀਵਾਸਤਵ ਇਸ ਨੂੰ ਕਾਫ਼ੀ ਤਕਨੀਕੀ ਤੌਰ 'ਤੇ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਹਿੰਦੇ ਨੇ, ਆਮ ਤੌਰ 'ਤੇ ਸ਼ਰਾਬ ਐਥਾਈਲ ਅਲਕੋਹਲ ਹੁੰਦੀ ਹੈ, ਜਦਕਿ ਜ਼ਹਿਰੀਲੀ ਸ਼ਰਾਬ ਮਿਥਾਈਲ ਅਲਕੋਹਲ ਹੁੰਦੀ ਹੈ। ਕੋਈ ਵੀ ਅਲਕੋਹਲ ਸਰੀਰ ਦੇ ਵਿੱਚ ਲੀਵਰ ਦੇ ਜ਼ਰੀਏ ਐਲਡੀਹਾਈਡ ਦੇ ਵਿੱਚ ਬਦਲ ਜਾਂਦਾ ਹੈ, ਪਰ ਮਿਥਾਈਲ ਅਲਕੋਹਲ ਫਾਰਮਲਡਾਈਡ ਨਾਮ ਦੇ ਜ਼ਹਿਰ ਦੇ ਵਿੱਚ ਬਦਲ ਜਾਂਦਾ ਹੈ। ਇਹ ਜ਼ਹਿਰ ਸਭ ਤੋਂ ਜ਼ਿਆਦਾ ਅੱਖਾਂ ਦੇ ਉੱਤੇ ਅਸਰ ਕਰਦਾ ਹੈ। ਅੰਨਾਪਣ ਇਸ ਦਾ ਸਭ ਤੋਂ ਪਹਿਲਾ ਲੱਛਣ ਹੈ। ਕਿਸੇ ਨੇ ਜੇਕਰ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ ਤਾਂ ਇਸ ਦੇ ਨਾਲ ਫੋਰਮਿਕ ਐਸਿਡ ਨਾਮ ਦਾ ਜ਼ਹਿਰੀਲਾ ਪਦਾਰਥ ਸਰੀਰ ਦੇ ਵਿੱਚ ਬਣਨ ਲੱਗਦਾ ਹੈ ਤੇ ਦਿਮਾਗ ਦੇ ਕੰਮ ਕਰਨ ਦੀ ਪ੍ਰਕਿਰਿਆ ਦੇ ਉੱਤੇ ਅਸਰ ਪਾਉਂਦਾ ਹੈ। ਡਾਕਟਰ ਅਜੀਤ ਸ਼੍ਰੀਵਾਸਤਵ ਕਹਿੰਦੇ ਨੇ ਕਿ ਮਿਥਾਈਲ ਅਲਕੋਹਲ ਦੇ ਜ਼ਹਿਰ ਦਾ ਇਲਾਜ ਇਥਾਈਲ ਅਲਕੋਹਲ ਹੈ। ਜ਼ਹਿਰੀਲੀ ਸ਼ਰਾਬ ਦੇ ਐਂਟੀਡੋਟ ਦੇ ਤੌਰ 'ਤੇ ਟੈਬਲੇਟਸ ਵੀ ਮਿਲਦੀਆਂ ਨੇ, ਪਰ ਭਾਰਤ ਦੇ ਵਿੱਚ ਇਸ ਦੀ ਉਪਲਬਧਤਾ ਕਾਫ਼ੀ ਘੱਟ ਹੈ।